ਵਿੱਚ ਅਗਰ ਕੋਈ ਇਨਸਾਨ ਵਿੱਚ ਨੇਕ ਅਮਲ ਦੀ ਬਸਾਰਤ ਕਲਬੀ ਹੋਵੇ ਤਾਂ ਮੇਰਾ ਈਮਾਨ ਹੈ ਉਹ ਆਪ ਜਿਉਂਦੇ ਆਪਣੀਆਂ ਅੱਖੀ ਨਾਲ ਜੰਨਤ ਨੂੰ ਦੇਖ ਸਕਦੇ ਅਤੇ ਆਪਣਾ ਮਕਾਮ ਵੀ ਦੇਖ ਸਕਦੇ। ਹਾਲਾਂਕਿ ਅਕਸਰ ਨੇਕ ਇਨਸਾਨਾਂ ਨੂੰ ਜੰਨਤ ਦਾ ਮਕਾਮ ਮਰਨ ਦੇ ਬਾਅਦ ਮਿਲਦੇ ਤੇ ਅਤੇ ਉਹ ਲੋਕ ਇਹ ਦੁਨੀਆ ਤੋਂ ਵੰਝ ਕੇ ਜੰਨਤ ਦੀ ਜ਼ਿਆਦ ਕਰਦੇ ਹਨ ਅਤੇ ਈ ਜਹੀ ਮਨਮੋਹਣੀ ਅਤੇ ਦਿਲਕਸ਼ ਧਰਤੀ ਦੇ ਵਾਸੀ ਬਣਦੇ ਹਨ। ਅੱਛਾ, ਇਹ ਉਹਨਾਂ ਨੇ ਕਸੋਲੀ ਨੇ ਬਾਦਸ਼ਾਹ ਦੀ ਨਸੀਹਤ ਬਿਆਨ ਕੀਤੀ ਜਿਹੜੀ ਉਹ ਆਪਣੀ ਰਿਆਇਆ ਨੂੰ ਕਰਦੇ ਹਨ ਕਿ ਨੀਅਤ ਸਾਫ਼ ਰੱਖਣੀ ਚਾਹੀਦੀ, ਆਪਣੀ ਬਸੀਰਤ ਨੂੰ ਸਾਫ਼ ਰੱਖਣਾ ਚਾਹੀਦਾ ਔਰ ਆਪਣੇ ਕਲਬ ਨੂੰ ਸਾਫ਼ ਰੱਖਣਾ ਚਾਹੀਦਾ, ਈਮਾਨ ਨਾਲ ਰੱਖਣਾ ਚਾਹੀਦਾ ਔਰ ਅਗਰ ਈਮਾਨ ਨਾਲ ਭਰਾ ਹੋਇਆ ਰੱਖਣਾ ਚਾਹੀਦਾ। ਅਗਰ ਤਾਂ ਇਹ ਸਾਰਾ ਕੁਛ ਹੈ ਤਾਂ ਬਾਦਸ਼ਾਹ ਦਾ ਆਖਣ ਹੈ ਕਿ ਉਹਦਾ ਈਮਾਨ ਹਾ ਕਿ ਹੈ ਕਿ ਉਹ ਮਰਨ ਤੋਂ ਪਹਿਲੇ ਇਹੋ ਜਿਹਾ ਨੇਕ ਸਿਰਤ ਇਨਸਾਨ ਆਪਣੀ ਜੰਨਤ ਵਿੱਚ ਮਕਾਮ ਦੇਖ ਅਤੇ ਵੱਲ ਮਰਸੀ। ਅੱਛਾ, ਮਾਰਕਾ ਸਾਰੇ ਲੋਕ ਵਕਤਨ ਫਵਕਤਨ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਸੀ ਕਿ ਈ ਬਾਦਸ਼ਾਹ ਦੇ ਉਹਨਾਂ ਖਿਆਲਾਂ ਦਲੀਲਾਂ ਅਤੇ ਨਸੀਹਤ ਨੂੰ ਸੁਣਦੇ ਰਹਿ ਵੈਂਦੇ ਹਨ। ਇਹਨਾਂ ਵਿੱਚੋਂ ਇੱਕ ਨੌਜਵਾਨ ਬਾਦਸ਼ਾਹ ਦੀਆਂ ਇਹਨਾਂ ਗਾਲੀਆਂ ਨੂੰ ਡਾਢਾ ਮੁਤਾਸਿਰ ਕੀਆ। ਉਹਨੂੰ ਵੀ ਆਪਣੀਆਂ ਜਿੰਨੀ ਅੱਖੀ ਨਾਲ ਜੰਨਤ ਦੇਖਣ ਦਾ ਸ਼ੌਕ ਪੈਦਾ ਥੀ ਗਿਆ। ਇਹ ਨੌਜਵਾਨ ਬਹੁ ਨੇਕ ਅਤੇ ਬਾ ਕਿਰਦਾਰ ਨੌਜਵਾਨ ਹਾਂ। ਉਹ ਇੱਕ ਦਿਹਾੜੇ ਬਾਦਸ਼ਾਹ ਦੀ ਕਚਹਿਰੀ ਵਿੱਚ ਹਾਜ਼ਰ ਸੀ ਕਿ ਬਾਦਸ਼ਾਹ ਕੋ ਆਖੇ, ਹਜ਼ੂਰ ਆਲਾ, ਮੈਂ ਬਿਲਾ ਨਾਹਾ ਤੁਹਾਡੇ ਖਿਆਲਾਤ ਸੁਣਦਾ ਰਹਿੰਦਾ। ਚਲੋ, ਇਹ ਤਾਂ ਮੈਂ ਸਮਝ ਗਿਆ ਜੋ ਜੰਨਤ ਨੇਕ ਲੋਕਾਂ ਦਾ ਘਰ, ਨੇਕ ਲੋਕਾਂ ਕੋ ਮਿਲਦੀ ਹੈ, ਪਰ ਇਹ ਕੁਝ ਤਾਂ ਮਰਨ ਦੇ ਬਾਅਦ ਮਿਲ ਸਕਦੇ, ਪਰ ਈ ਫਾਨੀ ਦੁਨੀਆ ਵਿੱਚ ਜਿਹਦਾ ਨਿਜ਼ਾਮ ਸ਼ਮਸੀ ਅਲੱਗ ਹੈ, ਉਹ ਜਹਾਨ ਦੇ ਨਿਜ਼ਾਮ ਕੋਲੋਂ ਇੱਥੋਂ ਦਾ ਲਹਜ਼ਾ, ਵੇਲਾ, ਵਕਤ, ਘੜੀ, ਪਲ, ਸਜਦਾ ਉਭਰਨਾ, ਸਜਦਾ ਗਰੂਬ ਥੀਵਣਾ, ਰਾਤ ਡੀਂ, ਇੱਥਾਂ ਦੀ ਯਾਨੀ ਜੰਨਤ ਵਿੱਚ ਵੀ ਇਵੇਂ ਹੋਸਨ, ਇੱਥਾਂ ਵੀ ਵਕਤ ਦੀ ਰਫ਼ਤਾਰ ਇਵੇਂ ਹੋ ਸੀ। ਈ ਨੌਜਵਾਨ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਆਖਿਆ, ਮੀਆਂ ਨੌਜਵਾਨ ਆ, ਇਹ ਜਹਾਨ ਵੀ ਆ ਜਿਹਦੇ ਵਿੱਚ ਜੰਨਤ ਦੋਜ਼ਖ ਹੈ, ਉਹ ਜਹਾਨ ਵੀ ਆ, ਬਹੁਤ ਸਾਰਾ ਫਰਕ ਹੈ। ਮੇਰਾ ਖਿਆਲ ਜੋ ਇੱਥੋਂ ਦੇ ਡੀਂ ਰਾਤ, ਪਲ, ਘੜੀਆਂ, ਸਾਲ, ਹਫ਼ਤੇ, ਸਦੀਆਂ ਉਹ ਜਹਾਨ ਦੇ ਨਿਜ਼ਾਮ ਨੂੰ ਕਿਵੇਂ ਮਿਲ ਸਕਦੇ ਹਨ, ਕਿਵੇਂ ਇੱਕੋ ਜਿਹੇ ਅਤੇ ਬਰਾਬਰ ਥੀ ਸਕਦੇ ਹਨ। ਬਾਦਸ਼ਾਹ ਦੀ ਗੱਲ ਸੁਣ ਕੇ ਉਹ ਨੌਜਵਾਨ ਆਖੇ, ਸਹੀ, ਤੁਸਾਂ ਤਕਰੀਰਾਂ ਤਾਂ ਰੋਜ਼ ਕਰਿੰਦੇ ਹੀ ਵੇ, ਪਰ ਬਾਦਸ਼ਾਹ ਆਖੇ, ਪਰ ਕਿਆ, ਅਗਰ ਤੇ ਕੋਈ ਸ਼ੌਕ ਹੈ ਤਾਂ ਤੂੰ ਜ਼ਿੰਦਗੀ ਦੇ ਕਹੀਂ ਮੋੜ ਅਤੇ ਈ ਗਾਲ ਤੂੰ ਵਾਕਿਫ ਥੀ ਵੇ ਸੇ। ਅੱਲਾ ਹਰ ਸ਼ੈ ਤੇ ਕਾਦਿਰ ਹੈ, ਉਹ ਜੋ ਚਾਹੇ ਕਰ ਸਕਦੇ। ਗਾਲ ਸਾਰੀ ਜੁਸਤਜੂ ਦੀ ਹੈ, ਪਰ ਇਹਦੇ ਕਿਤੇ ਦੀਨੀ ਅਤੇ ਦੁਨਿਆਵੀ ਇਲਮ ਜ਼ਰੂਰੀ ਹੈ। ਪਹਿਲੇ ਵੰਝ ਇਲਮ ਹਾਸਿਲ ਕਰ, ਅਗਰ ਅੱਲਾ ਨੂੰ ਮਨਜ਼ੂਰ ਥਿਆ ਹੈ ਤਾਂ ਈ ਮਸਲੇ ਵਿੱਚ ਇਲਮ ਪਹਿਲੀ ਪੌੜੀ ਅਤੇ ਪੁਰਸਾਂਗ ਦਾ ਕੰਮ ਦੇਸੀ ਅਤੇ ਲਗਨ, ਸ਼ੌਕ ਅਤੇ ਪਾਕ ਜਜ਼ਬਾ ਤੇਰਾ ਰਾਹਬਰ ਬਣ ਸੀ, ਤੇਰੀ ਖਵਾਹਿਸ਼ ਪੂਰੀ ਥੀ ਵੇ ਸੀ, ਯਕੀਨ ਰੱਖ। ਅਤੇ ਈ ਪੈਰਾਗ੍ਰਾਫ ਦੇ ਅੰਦਰ ਜਿਹੜਾ ਹੈ, ਜਿਹੜੀ ਕਨਵਰਸੇਸ਼ਨ ਬਾਦਸ਼ਾਹ ਔਰ ਨੌਜਵਾਨ ਦੇ ਦਰਮਿਆਨ ਥੀ ਹੈ, ਕੁਸ਼ਚਨ ਉਹਨੇ ਕੀਤੇ ਕਿ ਹਾਂਜੀ, ਅਗਰ ਤੁਸੀਂ ਤਕਰੀਰਾਂ ਇਤਨੀ ਵੱਡੀਆਂ ਵੱਡੀਆਂ ਕਰਦੇ ਵੇ ਤਾਂ ਇਵੇਂ ਕਿਵੇਂ ਥੀ ਸਕਦੇ, ਕਿਉਂਕਿ ਉੱਥਾਂ ਹੂੰ ਜਹਾਨ ਦੇ ਅੰਦਰ ਟਾਈਮ ਐਂਡ ਸਪੇਸ ਦੀ ਕੋਈ ਕੈਦ ਕੇ ਨਹੀਂ, ਜਿਹੜੀ ਈ ਜਹਾਨ ਦੇ ਅੰਦਰ ਹੈ ਕਿ ਅਸਾਂ ਵਕਤ ਦੇ ਖਲਾ ਦੇ ਅਸਾਂ ਇਹਦੇ ਪਾਬੰਦ ਹੈ, ਲੇਕਿਨ ਉੱਥਾਂ ਵਕਤ ਦੀ ਕੋਈ ਕੈਦ ਨਹੀਂ। ਸੋ ਜਿਹੜਾ ਕਸੋਲੀ ਹੈ ਉਹ ਨੌਜਵਾਨ ਨੂੰ ਜਵਾਬ ਦਿੰਦੇ ਕਿ ਅਗਰ ਤੂੰ ਈ ਗੱਲ 'ਤੇ ਯਕੀਨ ਨਹੀਂ ਰੱਖਦਾ, ਅਗਰ ਤੂੰ ਸ਼ੌਕ ਰੱਖਦਾ ਤਾਂ ਸਭ ਤੋਂ ਪਹਿਲੇ ਇਲਮ ਹਾਸਿਲ ਕਰ। ਇਲਮ ਜਿਹੜਾ ਹੈ ਉਹ ਪਹਿਲਾ ਸਫ਼ਰ ਹੈ, ਜਾਂ ਪਹਿਲੀ ਇਲਮ ਦੇ ਜੁਸਤਜੂ ਦਾ ਪਹਿਲਾ ਜਿਹੜਾ ਦੇ ਸਫ਼ਰ ਦਾ ਪਹਿਲਾ ਸਟੈਪ ਹੈ, ਪਹਿਲੀ ਪੌੜੀ ਹੈ। ਅਗਰ ਇਲਮ ਤੂੰ ਹਾਸਿਲ ਕਰ ਸਕਦੇ ਜਾਂ ਕਰ ਪਹਿਲੇ ਸਟੈਪ ਨੂੰ ਤੂੰ ਅਗਰ ਹਾਸਿਲ ਕਰ ਲੈਂਦੇ ਗਿੰਦੇ ਤਾਂ ਕਿਆ ਹੈ ਕਿ ਇਹ ਪਹਿਲਾ ਕਦਮ ਹੀ ਜਾਂ ਪਹਿਲੀ ਪੌੜੀ ਹੀ ਤੇਰੀ ਰਾਹਬਰ ਬਣ ਸੀ ਔਰ ਤੇਰਾ ਇਹ ਜਿਹੜਾ ਇਲਮ ਹਾਸਿਲ ਕਰਨ ਦਾ ਜਜ਼ਬਾ ਹੈ, ਇਹ ਤੇਰੀ ਖਵਾਹਿਸ਼ ਪੂਰੀ ਥੀ ਵੇ ਸੀ, ਯਕੀਨ। ਸੋ ਉਹ ਬਾਦਸ਼ਾਹ ਦੀ ਜਿਹੜੀ ਹੈ ਆਦੇ ਕਿ ਅਗਰ ਅੱਲਾ ਕੋ ਮਨਜ਼ੂਰ ਥੀਆ ਤਾਂ ਇਹ ਇਲਮ ਜਿਹੜਾ ਹੈ ਤੇਰੇ ਕਿਤੇ ਰਹਿਬਰ ਬਣਵਾ ਸੀ। ਬਾਦਸ਼ਾਹ ਦੀ ਇਹ ਗੱਲ ਸੁਣ ਕੇ ਨੌਜਵਾਨ ਗੁੱਸੇ ਵਿੱਚ ਆ ਗਏ ਅਤੇ ਆਖਣ ਲੱਗਾ, ਬਾਦਸ਼ਾਹ, ਮੈਨੂੰ ਅੱਜ ਪਤਾ ਲੱਗੇ ਜੋ ਤੂੰ ਕੂੜ ਵੀ ਮਰੇਂਦੇ ਇਹ ਨੇਕੀ
ਇਹ ਨੇਕੀ ਦੀਆਂ ਤਕਰੀਰਾਂ ਜ਼ਾਹਰੀ ਹਨ, ਇਹ ਸਾਰਾ ਕੂੜ ਹੈ ਜੋ ਕੋਈ ਸ਼ਖਸ ਜਿੰਦੇ ਊਂ ਜਹਾਨ ਵੰਝੇ, ਜੰਨਤ ਵਿੱਚ ਆਪਣਾ ਮਕਾਮ ਦੇਖ ਤੇ ਵਲਾ ਈ ਫਾਨੀ ਜਹਾਨ ਵਿੱਚ ਵਾਪਿਸ ਆ ਵੰਝੇ। ਮੈਂ ਨਹੀਂ ਮੰਨਦਾ ਇੱਥਾਂ ਵਕਤ ਦੀ ਪਾਬੰਦੀ ਅਤੇ ਉੱਥਾਂ ਵਕਤ ਦੀ ਕੈਦ ਅਤੇ ਇੱਥਾਂ ਵਕਤ ਦੀ ਕੈਦ ਹੈ, ਤੁਹਾਡੀ ਗੱਲ ਮੇਰੇ ਜ਼ਿਹਨ ਵਿੱਚ ਨਹੀਂ ਸਮਾ ਸਕਦੀ। ਬੰਦਾ ਕੂੜ ਇਹ ਜਿਹਾ ਮਾਰੇ ਜਿਹੜਾ ਫਬ ਸਕੇ, ਤੁਸਾਂ ਤਾਂ ਈ ਫਲਸਫੇ ਕੋ ਪੇਸ਼ ਕਰਨ ਦੀ ਖਾਤਰ ਕੋਈ ਕੂੜਾਂ ਦੀ ਪੰਡ ਬੱਧੀ ਬੈਠੇ ਹੋ। ਮੈਂ ਤਾਂ ਇਵੇਂ